ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਸਾਰੀਆਂ ਤੁਹਾਡੀਆਂ ਫੋਨ ਕੋਲ ਜਿੰਨਾ ਤੁਸੀਂ ਪਿਆਰ ਮਾਣ ਸਤਿਕਾਰ ਬਖਸ਼ਿਆ ਆ, ਮੈਂ ਤੁਹਾਡਾ ਸਾਰਿਆਂ ਦਾ ਬੜਾ ਰਿਣੀ ਹਾਂ। ਅਤੇ ਤੁਹਾਡੇ ਸਾਰਿਆਂ ਦੇ ਕਹਿਣ 'ਤੇ ਦੁਬਾਰਾ ਤੁਸੀਂ ਹੁਕਮ ਲਾਇਆ ਸੀਗਾ ਕਿ ਮਾਤਾ ਜੀ ਨੂੰ ਲੈਣ ਜਦੋਂ ਜਾਓਗੇ ਦੁਬਾਰਾ ਤਾਂ ਜ਼ਰੂਰ ਸਾਡੇ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਕਰਨੀ ਹੈ। ਅਤੇ ਮਾਤਾ ਜੀ ਹੁਣੀ ਹਫ਼ਤਾ ਹੋ ਗਿਆ ਸੀਗਾ ਸਮਾਣੇ ਆਏ ਸੀ ਪਿੰਡ, ਤੁਹਾਡੇ ਘਰ ਦੀ ਟੇਕ ਕੇਅਰ ਕਰਨੀ ਸੀ। ਅਤੇ ਹੁਣ ਦੁਬਾਰਾ ਅੱਜ ਅਸੀਂ ਨਿਕਲੇ ਹਾਂ ਸਵੇਰ ਦੇ, ਅਤੇ ਅੱਜ ਅਸੀਂ ਮਾਤਾ ਜੀ ਨੂੰ ਦੁਬਾਰਾ ਹੁਣ ਘਰ ਦੇ ਵਿੱਚ ਲੈ ਕੇ ਆਉਣਾ ਆ, ਉੱਥੇ ਘਰ ਜਾਣਗੇ ਕਾਦੀਆਂ। ਅਤੇ ਆਓ ਮਿਲਾਉਂਦੇ ਹਾਂ ਫਿਰ ਤੁਹਾਨੂੰ ਰਸਤੇ 'ਚ। ਲਓ ਵੀ ਪਹੁੰਚ ਚੁੱਕੇ ਪਟਿਆਲੇ ਲਾਗੇ, ਅਤੇ ਸਾਡੇ ਸੁਰਿੰਦਰ ਸਿੰਘ ਭਾਈ ਸਾਹਿਬ ਨੂੰ ਚਾਹ ਦਾ ਭੂਤ ਸਵਾਰ ਹੋ ਗਿਆ ਹੈ, ਇਹ ਚਾਹ ਤੋਂ ਬਿਨਾਂ ਰਹਿ ਨਹੀਂ ਸਕਦੇ। ਅਤੇ ਪੈਕ ਕਰਾ ਕੇ ਆਪਾਂ ਲਿਆਏ ਹਾਂ, ਭਲਾ ਵੇਹਨੇ ਇਹਨਾਂ ਦੀ ਪਟਾਰੀ ਚੋਂ ਕੀ ਕੀ ਨਿਕਲਦਾ, ਅੱਜ ਭਾਬੀ ਜੀ ਨੇ ਕੀ ਪੈਕ ਕਰਕੇ ਦਿੱਤਾ ਆ। ਵਾਹ, ਪਰੌਂਠੇ ਆ ਭਾਅ ਜੀ? ਹਾਂਜੀ, ਨੁਕਰਾਂ ਵਾਲੇ ਪਰੌਂਠੇ। ਨੁਕਰਾਂ ਵਾਲੇ ਨੁਕਰਾਂ ਵੱਜਣ ਲੱਗਦੇ ਆ, ਪਤਾ ਨਹੀਂ ਹੁਣ ਖੋਲ ਕੇ ਨੁਕਰਾਂ ਵਾਲੇ, ਇਹ ਨਹੀਂ ਵੇਖੇ ਪੈਕ ਕੀਤੇ ਆ। ਮੈਨੂੰ ਲੱਗਦਾ ਇਹ ਕਰੇਲਿਆਂ ਦੀ ਸਬਜ਼ੀ ਆ। ਅੱਛਾ, ਵਾਹ, ਕਿ ਨਹੀਂ ਦੂਸਰੇ ਕੱਟ ਕੇ ਆ। ਚਾਹ ਵੀ ਨਾਲ ਨਾਲ? ਚਾਹ ਥਰਮੋਸ 'ਚ ਲਿਆਂਦੀ ਆ ਘਰੋਂ ਹੀ ਪੈਕ ਕਰਕੇ। ਇਹਦੇ 'ਚ ਬੋਤਲ ਵਧੀਆ ਹੋ ਗਿਆ। ਆ ਜਾਓ, ਪ੍ਰਸ਼ਾਦਾ ਪਾਣੀ ਛਕੀਏ ਅਤੇ ਬ੍ਰੇਕਫਾਸਟ ਕਰਕੇ ਇੱਕ ਮੰਮੀ ਹੋਣਾਂ ਦੇ ਕੋਲ ਵੀ ਜਾ ਕੇ ਪ੍ਰਸ਼ਾਦਾ ਛਕਣਾ ਹੈ, ਅਤੇ ਇੱਕ ਇੱਕ ਆਪਾਂ ਰਸਤੇ 'ਚ ਛਕ ਲੈਂਦੇ ਹਾਂ ਨਾਲ ਚਾਹ। ਇਹ ਕੀ ਆ? ਕਰੇਲੇ। ਇਹ ਕਿੱਦਾਂ ਦੇ ਕਰੇਲੇ? ਕਰੇਲੇ ਕੱਟ ਕੇ ਬਣਾਏ। ਅੱਛਾ, ਮੰਮੀ ਜੀ ਹੁਣਾਂ ਦਾ ਘਰ, ਅਤੇ ਆਓ ਮਿਲਾਉਂਦੇ ਹਾਂ ਤੁਹਾਨੂੰ। ਮੰਮੀ ਕਹਿ ਰਹੇ ਆ ਸਮਾਨ ਕਰਿਆਨੇ ਦਾ ਸਮਾਨ ਸੌਦਾ ਖਰਾਬ ਹੋ ਜਾਣਾ, ਅਤੇ ਉਹ ਵੀ ਨਾਲ ਹੀ ਖੜਨਾ। ਸਾਡੇ ਸਤਿਕਾਰਯੋਗ ਮੰਮੀ ਜੀ ਬਾਬਾ ਦੀਪ ਸਿੰਘ ਹੋਣਾਂ ਦੀ ਜੋਤ ਜਿਹੜੀ ਡੇਲੀ ਜਗਾਉਂਦੇ ਆ, ਅਤੇ ਆਪਾਂ ਜੋਤ ਨਾਲ ਲੈ ਲਈ ਹੈ ਕਿ ਮੰਮੀ ਦੀ ਜਿਹੜੀ ਆਸਥਾ ਆ ਉਹ ਇਸੇ ਤਰ੍ਹਾਂ ਉੱਥੇ ਵੀ ਕਾਇਮ ਰਹੂਗੀ, ਅਤੇ ਬਾਬਾ ਜੀ ਦੀ ਜੋਤ ਜਿਹੜੀ ਆ ਉੱਥੇ ਵੀ ਜਗਾਉਣਗੇ। ਅਤੇ ਮੰਮੀ ਹੋਣੀ ਦੀ ਫਰਿੱਜ ਵੀ ਖਾਲੀ ਕਰਨ ਡੇ ਹੁਣ ਪੂਰੀ, ਅਤੇ ਸਮਾਨ ਕੋਈ ਫਰਿੱਜ 'ਚ ਖਰਾਬ ਨਾ ਹੋ ਜਾਵੇ। ਉਹ ਛੱਡ ਕੇ ਨਹੀਂ ਜਾਣਾ ਪਾਣੀ ਦੇ ਬੋਤਲ? ਸੁਰਿੰਦਰ ਸਿੰਘ ਹੁਣੀ ਕੱਚੀ ਲੱਸੀ ਬਣਾਉਂਦੇ ਹੋਏ, ਕੱਚੀ ਵੀ ਨਹੀਂ ਹੈਗੀ ਪੂਰੀ, ਕਿਲੋ ਦੁੱਧ ਵੀ ਕਿਹਾ ਇਹਦੇ ਨਾਲ ਕੀ ਹੋਊਗਾ? ਇਤਨਾ ਠੰਡ ਵਰਤੇਗੀ ਠੰਡ? ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਕਿ ਇਹ ਜੱਗ ਵਾ ਕਿ ਜਾਂ ਗੜਵੀ ਨੂੰ ਕੁੰਡਾ ਲਾਇਆ? ਇਹ ਹੁਣ ਮੰਮੀ ਨੂੰ ਪਤਾ ਹੋਊਗਾ ਮੰਮੀ ਕੀ ਹੈ ਜੱਗੇ। ਹੈ ਜੱਗੇ ਗੜਵੀ ਅਰਗ ਲੱਗਣ ਦਿਆ, ਜੱਗ ਬੜਾ ਸੋਹਣਾ ਹੈ। ਹੁਣ ਤੁਸੀਂ ਲੱਸੀ ਚੈੱਕ ਕਰਕੇ ਦੱਸੋਗੇ ਵੀ ਕਿਵੇਂ ਮਿੱਠਾ ਪਿਆ ਇਹਦੇ 'ਚ? ਆ ਜਾ ਲੈ ਆਓ, ਬੜਾ ਬੜਾ ਵੱਡਾ ਮਿੱਠਾ ਵੱਧ ਘੱਟ ਕਿਵੇਂ?
सुरिंदर सिंह पास। बस 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 मम्मी जी होना ने जिहड़ियां फोटोआं उह कराईआं वा बहुत सोहणी है। मदर एंड सन मीट फॉर द फर्स्ट आफ्टर 35 ईयर्स। एक और कराई है मम्मी जी अपनी सहेलियां नू मिलदे पे है। सहेलियां नू छड्डण नू दिल नहीं करदा। गुरु साहब की कृपा ना मम्मी का भी इतने बहुत ज़्यादा प्यार आ सारे घर के। हाँ जी मम्मी जी आ गए हैं। हुण आप जा रहे हैं घर वापस ते छोटी सिस्टर आई सी। सारे मिल लो। बहुत प्यार करती है मेरे ना ते मैं भी बहुत ज़्यादा करता वा। तो हूँ सिस्टर नूं इत्थे घर उतार के ते मम्मी और नूर चले आ। एक रिप ला दो सारे नूं। सत श्री अकाल। तेनू वेट करन दिया 11 बज गए अजे तक सुता नहीं है। समान सवेरे कट लांगे। सो फर करो पर उन्हें क्या नहीं पर करो जी अपना उधर सिस्टम वो चालू करने के फिर ही बता लो मैं नहीं हूं। ठीक है चाचा शिकार प्यार दे आ का तेरा नहीं चल मैं ना कैसे कहां छ अच्छा रखना अपनी ਉਹਨੂੰ ਕਾਟਾ ਟੇਬਲ ਚਲੋ ਆਓ ਫਿਰ ਆਓ।